ਕਿਸਾਨਾਂ ਦੇ ਹੱਕ ਦੇ ਵਿੱਚ ਕਾਂਗਰਸ ਪਾਰਟੀ ਦੇ ਵੱਲੋਂ ਦੇਸ਼ ਭਰ ਦੇ ਵਿੱਚ ਟਰੈਕਟਰ ਮਾਰਚ ਕੱਢੇ ਗਏ ਨੇ। ਇਸੇ ਤਹਿਤ ਹੀ ਵਿਧਾਨ ਸਭਾ ਹਲਕਾ ਕਪੂਰਥਲਾ ਦੇ ਵਿੱਚ ਸਥਾਨਕ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਟਰੈਕਟਰ ਮਾਰਚ ਕੱਢਿਆ ਗਿਆ, ਜਿਸ ਦੇ ਵਿੱਚ ਕਿਸਾਨੀ ਤੇ ਕਾਂਗਰਸ ਦੇ ਝੰਡਿਆਂ ਦੇ ਨਾਲ ਸੈਂਕੜੇ ਟਰੈਕਟਰਾਂ ਨੇ ਕਪੂਰਥਲਾ ਸ਼ਹਿਰ ਦੀਆਂ ਸੜਕਾਂ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਹੈ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਦੱਸਿਆ ਕਿ ਕਾਂਗਰਸ ਪਾਰਟੀ ਕਿਸਾਨਾਂ ਦੇ ਨਾਲ ਖੜੀ ਹੈ ਅਤੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਨੇ। ਜੀ, ਜੋ ਤੁਹਾਨੂੰ ਪਤਾ ਹੀ ਹੈ, ਪਿਛਲੇ ਦਿਨੀ ਧਰਨਾ ਲੱਗਾ ਸੀ ਆਪਣਾ ਦਿੱਲੀ 'ਚ, ਤੇ ਕਿਸਾਨ ਉਹ ਜਿੱਤ ਗਏ। ਬਹੁਤ ਸ਼ਹਾਦਤਾਂ ਉਦੋਂ ਵੀ ਹੋਈਆਂ, ਬੜੀ ਮਿਹਨਤ ਕੀਤੀ ਪੂਰਾ ਪੰਜਾਬ ਨੇ, ਜਿੱਥੇ ਸਾਡੇ ਹਰਿਆਣੇ ਨੇ ਨਾਲ ਭਾਈ ਨੇ, ਤੇ ਆਪਾਂ ਉਹ ਜਿੱਤ ਚੁੱਕੇ ਸੀ ਮੋਰਚਾ। ਤੇ ਜੋ ਸੈਂਟਰ ਸਰਕਾਰ ਨੇ ਮੰਗਾਂ ਮੰਨੀਆਂ ਸੀ, ਉਹ ਮੰਗਾਂ ਤੋਂ ਮੋਦੀ ਨੇ ਆਪਣਾ ਜਿਹੜਾ ਵਾ ਮਤਲਬ ਮੁੱਕਰ ਗਿਆ, ਮਰਿਆ ਤੇ ਮੁੱਕਰਿਆ ਮਾਰੀ ਗਿਆ ਕਿਸਾਨ ਦਾ। ਸਾਡੇ ਪ੍ਰਧਾਨ ਮੰਤਰੀ ਨੇ ਜੋ ਕਿਸਾਨਾਂ ਵਾਅਦਾ ਕੀਤੇ ਉਦਾਨਾਂ ਤੋਂ, ਇਸ ਕਰਕੇ ਹੁਣ ਇੱਥੇ ਸਾਡੇ ਸ਼ਹਿਰ ਵਿੱਚ ਰਾਣਾ ਗੁਰਜੀਤ ਸਿੰਘ ਜੋ ਖੁਦ ਇੱਕ ਕਿਸਾਨ ਆ ਤੇ ਕਾਫੀ ਖੇਤੀ ਬਾਰੇ ਨੌਲੇਜ ਰੱਖਦੇ ਆ, ਕਾਨੂੰਨਾਂ ਬਾਰੇ ਨੌਲੇਜ ਰੱਖਦੇ ਆ, ਉਹਨਾਂ ਨੇ ਕਿਹਾ ਕਿਤੇ ਨਾ ਕਿਤੇ ਕਿਸਾਨਾਂ ਦਾ ਆਪਾਂ ਪਾਰਟੀ ਤੌਰ ਤੇ ਉੱਥੇ ਤਾਂ ਨਹੀਂ ਸਾਥ ਦੇ ਸਕਦੇ, ਕਿਉਂਕਿ ਉੱਥੇ ਇੱਕ ਜਥੇਬੰਦੀ ਆਪਣੀ ਲੜਾਈ ਲੜ ਰਿਹਾ, ਆਮ ਲੋਕ ਆਪਣੀ ਲੜਾਈ ਲੜ ਰਹੇ, ਕਿਉਂ ਨਾ ਆਪਣੇ ਜ਼ਿਲ੍ਹੇ ਵਿੱਚ ਉਹਨਾਂ ਦੀ ਹੌਸਲਾ ਅਫਜਾਈ ਕੀਤੀ ਜਾਵੇ ਤੇ ਉਹਨਾਂ ਨੂੰ ਜੋ ਕਿ ਇੱਕ ਵਧੀਆ ਸੁਨੇਹਾ ਜਾਵੇ, ਦੂਜੀਆਂ ਸਰਕਾਰਾਂ ਤੋਂ ਹੀ ਸੁਨੇਹਾ ਜਾਵੇ ਕਿ ਵਾਕਈ ਜਿਹੜਾ ਕਿਸਾਨ ਆ ਉਹ ਜਾਗਰੂਕ ਆ। ਸਰ, ਜਿਹੜਾ ਸਿੰਘੂ ਬਾਰਡਰ ਦੇ ਪਹਿਲਾਂ ਧਰਨਾ ਲਗਾ ਸੀ, ਉਹਦੇ ਵਰਗੀ ਗੱਲ ਕਿਉਂ ਨਹੀਂ ਬਣ ਰਹੀ? ਉਹਦਾ ਕਾਰਨ ਇੱਕ, ਸਾਡੀਆਂ ਜਥੇਬੰਦੀਆਂ ਥੋੜਾ ਜਿਹਾ ਜਿਹੜਾ ਕਿ ਸਮਾਂ ਵਾ, ਜੇ ਆਪਾਂ ਵਿਚਾਰੀਏ ਤਾਂ ਸਮਾਂ ਲੱਗਾ ਸੀ ਅੱਗੇ ਵੀ ਗੱਲ ਬਣਨ, ਕਿਉਂਕਿ ਪਹਿਲਾਂ ਸਿੰਘੂ ਬਾਰਡਰ ਤੋਂ ਬਾਅਦ 'ਚ ਆਪਾਂ ਅੱਗੇ ਵਧੇ ਸੀ, ਪਹਿਲਾਂ ਸ਼ੰਭੂ ਤੇ ਸੀ, ਹੈ ਨਾ। ਸੋ ਇਸ ਵਾਰ ਥੋੜਾ ਜਿਹਾ ਲੋਕ ਵੀ ਜ਼ਿਆਦਾ ਉਤਸ਼ਾਹਿਤ ਆ ਵੀ ਉਸੇ ਤਰ੍ਹਾਂ ਇੱਕਦਮ, ਪਰ ਸਮਾਂ ਲੱਗੂਗਾ, ਜਥੇਬੰਦੀਆਂ ਕਿਤੇ ਨਾ ਕਿਤੇ ਮੀਟਿੰਗਾਂ ਕਰਕੇ ਇੱਕ ਹੋ ਰਹੀਆਂ ਵਾ। ਕਿਤੇ ਨਾ ਕਿਤੇ ਦੇਖਣ ਦੇ ਵਿੱਚ ਸ਼ੰਭੂ ਬਾਰਡਰ ਤੇ ਸਖਤਾਈ ਦਾ ਨਹੀਂ ਕੰਮ, ਨਹੀਂ ਸਖਤਾਈ ਇਹ ਆ ਵੀ ਸਾਡਾ ਮਤਰਾਈ ਮਾਂ ਵਾਲਾ ਕੰਮ ਹੋ ਰਿਹਾ ਉੱਥੇ, ਜੋ ਪਿਛਲੀ ਵਾਰ ਹੀ ਇੰਨਾ ਧੱਕਾ ਨਹੀਂ ਹੋ ਰਿਹਾ ਸੀ, ਇਸ ਵਾਰ ਤਾਂ ਲੋਕਾਂ ਦਾ ਧੱਕਾ, ਇੱਧਰੋਂ ਮੁੰਡੇ ਪੰਜਾਬ 'ਚ ਹੀ ਹੱਦ ਵਿੱਚ ਆ ਕੇ ਪੁਲਿਸ ਚੱਕ ਕੇ ਲੈ ਗਈ ਆ, ਇਹ ਤੋਂ ਵੱਡਾ ਕੀ ਆ। ਇਸ ਕਰਕੇ ਲੋਕਾਂ 'ਚ ਜਿਹੜੇ ਨਿਰਾਸ਼ਾ ਵੱਧ ਰਹੀ ਆ, ਤੇ ਮੈਨੂੰ ਲੱਗਦਾ ਆਉਣ ਵਾਲੇ ਟਾਈਮ 'ਚ ਫਿਰ ਅੰਦੋਲਨ ਵੱਡਾ ਹੋ ਗਿਆ ਤਾਂ ਅਸੀਂ ਜਿੱਤਾਂਗੇ। ਅੱਜ ਰਾਣਾ ਗੁਰਜੀਤ ਸਿੰਘ ਜੀ ਦੀ ਅਗਵਾਈ ਦੇ ਵਿੱਚ ਜਿਹੜਾ ਸਾਡੀ ਪੰਜਾਬ ਕਾਂਗਰਸ ਵੱਲੋਂ ਸੁਨੇਹਾ ਵਾ ਕਿ ਕਾਂਗਰਸ ਪਾਰਟੀ ਕਿਸਾਨਾਂ ਦੇ ਹੱਕ ਦੇ ਵਿੱਚ ਅੱਜ ਸੜਕਾਂ 'ਤੇ ਉਤਰ ਰਹੀ ਆ, ਆਪਣਾ ਜਿਹੜਾ ਰੋਸ ਆ ਕਾਂਗਰਸ ਪਾਰਟੀ ਸੈਂਟਰ ਗੌਰਮੈਂਟ ਦੇ ਖਿਲਾਫ ਵੀ ਅਤੇ ਪੰਜਾਬ ਸਰਕਾਰ ਦੇ ਵੀ ਟਰੈਕਟਰਾਂ ਦੇ ਰੂਪ ਦੇ ਵਿੱਚ ਸ਼ਾਂਤਮਈ ਢੰਗ ਦੇ ਨਾਲ ਇੱਕ ਮੁਹਿੰਮ ਦੇ ਤਹਿਤ ਆਪਾਂ ਤਰੀਕੇ ਦੇ ਨਾਲ ਰੋਸ ਮਾਰਚ ਕੱਢਣ ਜਾ ਰਹੇ ਹਾਂ, ਔਰ ਇਹ ਪੂਰੇ ਸ਼ਹਿਰ ਦੀ ਬਾਹਰੋਂ ਬਾਹਰ ਦੀ ਆਊਟ ਏਰੀਆ ਸਾਨੂੰ ਜਾ ਕੇ ਇੱਕ ਸੁਨੇਹਾ ਵਾ ਸਰਕਾਰ ਵਾਸਤੇ ਕਿ ਤੁਸੀਂ ਹਜੇ ਵੀ ਚੇਜੋ ਤਾਂ ਜੋ ਕਿਸਾਨਾਂ ਦੇ ਹੱਕਾਂ ਦੀ ਆਵਾਜ਼ ਜਿਹੜੀ ਆ ਉਹਦੀ ਸੁਣਵਾਈ ਕਰੋ। ਇਹ ਕਿਸਾਨ ਆਉਂਦਾ ਤਾਂ ਰਿਹਾ, ਪੰਜਾਬ ਹਮੇਸ਼ਾ ਮੋਹਰੇ ਰਿਹਾ ਇਸ ਗੱਲ ਦੇ ਵਿੱਚ, ਮਗਰ ਅੱਜ ਜਿਹੜਾ ਧੱਕਾ ਸੈਂਟਰ ਗੌਰਮੈਂਟ ਵੱਲੋਂ ਕੀਤਾ ਜਾ ਰਿਹਾ ਬੜੀ ਸ਼ਰਮ ਵਾਲੀ ਗੱਲ ਆ। ਔਰ ਪੰਜਾਬ ਸਰਕਾਰ ਵੀ ਦੇਖੋ, ਇੱਕ ਸ਼ਹੀਦ ਹੋਇਆ ਸਾਡਾ ਨੌਜਵਾਨ, ਉਹਦਾ ਹਜੇ ਤੱਕ ਸੰਸਕਾਰ ਨਹੀਂ ਹੋ ਸਕਿਆ, ਔਰ ਖੱਟਰ ਸਰਕਾਰ ਇਹ ਕਹਿ ਰਹੀ ਹੈ ਜੀ ਉਹ ਸਾਡੀ ਹੱਦ ਦੇ ਵਿੱਚ ਹੋਇਆ, ਉਹਦਾ ਪੋਸਟਮਾਰਟਮ ਅਸੀਂ ਕਰਾਂਗਾ। ਉਹ ਕਿਸ ਤਰ੍ਹਾਂ ਦੇਖੋ ਕਿ ਭੈਣਾਂ ਦੇ ਭਰਾ ਦੀ ਜਿਹੜੀ ਡੈਡ ਬੋਡੀ ਆ ਉਹਦੀ ਅਰਥੀ ਨੂੰ ਕਿਸ ਤਰ੍ਹਾਂ ਰੋਲਿਆ ਜਾ ਰਿਹਾ ਵਾ, ਬੜੀ ਸ਼ਰਮ ਵਾਲੀ ਗੱਲ ਆ। ਹਜੇ ਵੀ ਸਰਕਾਰ ਨੂੰ ਕਿਸ ਤਰ੍ਹਾਂ ਪੰਜਾਬ ਦਾ ਜਿਹੜਾ ਚਿਹਰਾ ਵਾ ਇਹ ਦਿਖਾ ਰਹੇ ਨੇ, ਨੈਗੇਟਿਵ ਅਪਰੋਚ ਦਿਖਾ ਰਹੇ ਨੇ, ਜਦਕਿ ਪੰਜਾਬੀ ਹਮੇਸ਼ਾ ਸ਼ਾਂਤਮਈ ਢੰਗ ਦੇ ਨਾਲ ਸ਼ਾਂਤੀ ਪ੍ਰਿਯ ਰਹੇ ਨੇ। ਔਰ ਦੇਖ ਲਓ ਤੁਸੀਂ ਹਜ਼ਾਰਾਂ ਦੀ ਗਿਣਤੀ ਵਿੱਚ ਰਾਣਾ ਗੁਰਜੀਤ ਸਿੰਘ ਜੀ ਦੀ ਅਗਵਾਈ ਦੇ ਵਿੱਚ ਅੱਜ ਇਹ ਰੋਸ ਮਾਰਚ ਕਾਂਗਰਸ ਪਾਰਟੀ ਵੱਲੋਂ ਕਿਸਾਨਾਂ ਦੇ ਹੱਕ 'ਚ ਕੀਤਾ ਜਾ ਰਿਹਾ। ਕਿਸਾਨਾਂ ਦੇ ਨਾਲ ਕਾਂਗਰਸ ਪਾਰਟੀ ਪੂਰੇ ਤਨੋ ਮਨੋ ਨਾਲ ਖੜੀ ਆ, ਇਹ ਜਿੰਦਾ ਜਾਗਦਾ ਸਬੂਤ ਆ। ਤੁਸੀਂ ਦੇਖ ਲਓ ਹਰ ਪਿੰਡਾਂ ਦੇ ਵਿੱਚੋਂ, ਹਰੇਕ ਪਿੰਡ ਦੇ ਵਿੱਚੋਂ ਟਰੈਕਟਰ ਇੱਥੇ ਆਏ ਨੇ, ਔਰ ਸੈਂਕੜਾਂ ਦੀ ਤਾਦਾਦ ਆ ਟਰੈਕਟਰਾਂ ਦੀ। ਇਹ ਰੋਸ
ਇਹ ਆਵਾਜ਼ ਜਿਹੜੀ ਆ ਪੰਜਾਬ ਦੇ ਹਰ ਖੇਤਰ ਦੇ ਵਿੱਚ, ਹਰ ਪਿੰਡ ਦੇ ਵਿੱਚ ਆਵਾਜ਼ ਗੂੰਜਦੀ ਪਈ ਹੈ।